ਇਹ ਮੀਆਂ ਬੀਬੀ ਪਠਾਨਕੋਟ ਤੋਂ ਦਿੱਲੀ ਜਾ ਰਹੇ ਸੀ ਹਮਸਫ਼ਰ ਐਕਸਪ੍ਰੈਸ 'ਚ। ਇਹਨਾਂ ਦਾ ਜੋ ਸੁਮਨ ਟ੍ਰੇਨ ਸੀ ਉਹ ਟ੍ਰੇਨ 'ਚੋਂ ਹਮਸਫ਼ਰ 'ਚੋਂ ਪਾਣੀ ਲੈਣ ਉਤਰਿਆ, ਉੱਧਰੋਂ ਟ੍ਰੇਨ ਚੱਲ ਪਈ, ਇਹ ਟ੍ਰੇਨ ਦੇ ਵਿੱਚ ਚੜ੍ਹਨ ਲੱਗਾ ਵਾ ਅਤੇ ਹੱਥ ਨਾ ਪੈਣ ਕਰਨ ਜਿਹੜਾ ਟ੍ਰੇਨ ਦੇ ਵਿੱਚ ਪਲੇਟਫਾਰਮ ਦੇ ਥੱਲੇ ਵੱਗ ਗਿਆ ਔਰ ਜਿਹਦੇ ਕਾਫ਼ੀ ਸੱਟਾਂ ਲੱਗੀਆਂ, ਗੰਭੀਰ ਸੱਟਾਂ ਲੱਗੀਆਂ, ਜਿਹਨੂੰ ਸਿਵਲ ਹਸਪਤਾਲ 108 ਐਂਬੂਲੈਂਸ ਸੱਦ ਕੇ ਅਤੇ ਦਾਖਲ ਸਿਵਲ ਹਸਪਤਾਲ ਕਰਾਇਆ ਗਿਆ ਅਤੇ ਜੋ ਬਾਅਦ 'ਚ ਇਹਦੀ ਸੱਟਾਂ ਜ਼ਿਆਦੀਆਂ ਹੋਣ ਕਰਕੇ ਡੈਥ ਹੋ ਗਈ। ਅਪੀਲ ਕਰਦੇ ਵੀ ਟ੍ਰੇਨ ਜਦੋਂ ਚੱਲਦੀ ਆ ਰੁਕਣ ਲੱਗਿਆ ਵੀ ਅਤੇ ਚੱਲਣ ਲੱਗਿਆ ਵੀ ਨਾ ਚੜ੍ਹੋ। ਰੇਲਵੇ ਵੱਲੋਂ ਵੀ ਹਰੇਕ ਟ੍ਰੇਨ ਵੇਲੇ ਜੋ ਵਾ ਅਨਾਊਂਸਮੈਂਟ ਕੀਤੀ ਜਾਂਦੀ ਵੀ ਚੱਲਦੀ ਟ੍ਰੇਨ 'ਤੇ ਨਾ ਚੜ੍ਹੋ ਅਤੇ ਨਾ ਹੀ ਚੱਲਦੀ ਟ੍ਰੇਨ 'ਤੇ ਉਤਰੋ।